ਗੁੱਡ ਮਾਰਨਿੰਗ ਸਾਰੇ ਨੂੰ ਜੈ ਮਸੀਹ ਦੀ ਅੱਜ ਮੈਂ ਫੇਰ ਹਾਜ਼ਰ ਆ ਤੁਹਾਡੇ ਲਈ ਲੈ ਕੇ ਪ੍ਰੋਫੈਟਿਕ ਵਰਡ ਪ੍ਰੋਫੈਟਿਕ ਵਰਡ ਜਿਹੜਾ ਮੈਨੂੰ ਅੱਜ ਆਇਆ ਮੇਰੇ ਪਿਤਾ ਪਰਮੇਸ਼ਰ ਨੇ ਮੈਨੂੰ ਦਿੱਤਾ ਸਿਉਨ ਉੱਤੇ ਕਿਰਪਾ ਅੱਜ ਮੈਂ ਤੁਹਾਨੂੰ ਥੋੜੀ ਗੱਲ ਵੀ ਕਰਨਾ ਚਾਹੁੰਦੀ ਸੀ ਕਿਉਂਕਿ ਇਹ ਵਚਨ ਮੇਰੇ ਪਰਮੇਸ਼ਰ ਨੇ ਮੈਨੂੰ ਮੇਰੀ ਜਦੋਂ ਗੁਲਾਮੀ ਤੋਂ छुड़ाया ਸੀ ਤੇ ਮੈਨੂੰ ਉਹਨੇ ਕਿਹਾ ਸੀ ਮੇਰੇ ਪ੍ਰਭੂ ਜੀ ਨੇ ਕਿਹਾ ਸੀ ਕਿ ਸਿਉਂ ਦिए ਤੀਏ ਸਿਉਂ ਦिए ਤੀਏ ਆਪਣੇ ਕੱਪੜਿਆਂ ਤੋਂ ਖਾਕ ਚੜ ਲੈ ਆਪਣੇ ਨਵੇਂ ਵਸਤਰ ਪਹਿਨ ਲੈ ਤੇ ਸੇਮ ਉਹੀ ਵਜਨ ਮੈਨੂੰ ਆਜ ਆਇਆ ਸਿਉਂ ਉੱਤੇ ਕਿਰਪਾ ਫਿਰ ਮੈਂ ਅੱਖਾਂ ਚੁੱਕ ਕੇ ਡਿਠਾ ਤਾਂ ਵੇਖੋ ਇੱਕ ਮਨੁੱਖ ਦੇ ਹੱਥ ਵਿੱਚ ਕੱਛਣ ਦਾ ਜ਼ਰੀਬ ਸੀ ਮੈਂ ਆਖਿਆ ਤੂੰ ਕਿੱਥੇ ਜਾਂਦਾ ਹੈ ਉਸ ਮੈਨੂੰ ਆਖਿਆ ਯਰੂਸ਼ਲਮ ਨੂੰ ਨਾਪਣ ਲਈ ਪਈ ਵੇਖਾਂ ਉਹ ਕਿੰਨਾ ਵੱਡਾ ਹੈ ਉਹ ਕਿੰਨਾ ਚੌੜਾ ਹੈ ਅਤੇ ਕਿੰਨਾ ਲੰਮਾ ਹੈ ਤਾਂ ਵੇਖੋ ਜਿਹੜਾ ਦੂਤ ਮੇਰੇ ਨਾਲ ਗੱਲਾਂ ਕਰਦਾ ਸੀ ਬਾਹਰ ਨਿਕਲਿਆ ਅਤੇ ਦੂਜਾ ਦੂਤ ਉਸ ਦੇ ਮਿਲਣ ਲਈ ਬਾਹਰ ਨਿਕਲਿਆ ਉਸ ਨੇ ਉਹਨੂੰ ਆਖਿਆ ਦੌੜ ਕੇ ਉਸ ਜਵਾਨ ਨਾਲ ਗੱਲ ਕਰ ਕਿ ਯਰੂਸ਼ਲਮ ਆਦਮੀ ਅਤੇ ਆਪਣੇ ਵਿੱਚ ਦੋ ਪਸ਼ੂਆਂ ਦੇ ਵਾਅਦੇ ਦੇ ਕਾਰਨ ਬਿਨ ਵਸੀਲ ਪਿੰਡਾਂ ਵਾਂਗ ਵਸੇਗਾ ਮੈਂ ਉਸ ਦੇ ਦੁਆਲੇ ਉਸ ਦੇ ਲਈ ਅੱਗ ਦੀ ਕੰਧ ਹੋਵਾਂਗਾ ਅਤੇ ਉਹਦੇ ਵਿੱਚ ਪ੍ਰਤਾਪ ਲਈ ਯਹਵਾ ਦਾ ਵਾਕ ਹੈ ਓਏ ਹੋਏ ਉੱਤਰ ਦੇਸ਼ ਵਿੱਚੋਂ ਨਸੋ ਯਹਵਾ ਦਾ ਵਾਕ ਹੈ ਕਿਉਂ ਜੋ ਮੈਂ ਆਕਾਸ਼ ਦੀਆਂ ਚੌਹਾਂ ਹਵਾਵਾਂ ਵਾਂ ਤੁਹਾਨੂੰ ਖਿਲਾਰ ਛੱਡਿਆ ਹੈ ਯਹਵਾ ਦਾ ਵਾਕ ਹੈ ਓਏ ਸਿਉਨ ਭੱਜ ਜਾ ਤੂੰ ਜੋ ਬਾਬਲ ਦੀ ਧੀ ਦੇ ਸੰਗ ਵੱਸਦਾ ਹੈ ਸੈਨਾ ਦੇ ਯਹਵਾ ਤਾਂ ਐਉਂ ਆਖਦਾ ਹੈ ਉਸਨੇ ਮੈਨੂੰ ਪ੍ਰਤਾਪ ਦੇ ਪਿੱਛੋਂ ਉਹਨਾਂ ਕੌਮਾਂ ਕੋਲ ਕੱਲਿਆ ਜਿਨ੍ਹਾਂ ਤੁਹਾਨੂੰ ਲੁੱਟ-ਪੁੱਟ ਲਿਆ ਹੈ ਕਿਉਂ ਜੋ ਜਿਹੜਾ ਤੁਹਾਨੂੰ ਛੋਂਦਾ ਹੈ ਉਹ ਉਸ ਦੀ ਅੱਖ ਦੀ ਕਾਕੀ ਨੂੰ ਛੋਂਦਾ ਹੈ ਵੇਖੋ ਤਾਂ ਮੈਂ ਉਹਨਾਂ ਉੱਤੇ ਆਪਣਾ ਹੱਥ ਹਲਾਵਾਂਗਾ ਉਹ ਆਪਣੇ ਦਾਸਾਂ ਲਈ ਲੁੱਟ ਦਾ ਮਾਲ ਹੋਣ ਤਦ ਤੁਸੀਂ ਜਾਣੋਗੇ ਕਿ ਸੈਨਾ ਦੇ ਯਹਵਾ ਨੇ ਮੈਨੂੰ ਕੱਲਿਆ ਹੈ ਹੇ ਸਿਯੋਨ ਦੀ ਏਤੀਏ ਜੇ ਕਾਰਾ ਗਜਾ ਅਤੇ ਆਨੰਦ ਹੋ ਕਿਉਂਕਿ ਜੋ ਵੇਖ ਮੈਂ ਆ ਕੇ ਤੇਰੇ ਵਿੱਚ ਵਸਾਂਗਾ ਯਹਵਾ ਦਾ ਵਾਕ ਹੈ ਉਸ ਸਮੇਂ ਬਹੁਤ ਸਾਰੀਆਂ ਕੌਮਾਂ ਯਹੋਵ ਵਿੱਚ ਯਹਵਾ ਵਿੱਚ ਮੇਲ ਕਰ ਲੈਣਗੀਆਂ ਉਹ ਮੇਰੀ ਪ੍ਰਜਾ ਹੋਣਗੀਆਂ ਮੈਂ ਉਹਨਾਂ ਦੇ ਵਿੱਚ ਵਸਾਂਗਾ ਤਦ ਤੂੰ ਜਾਣੇਗੀ ਕਿ ਸੈਨਾ ਦੇ ਯਹਵਾ ਨੇ ਮੈਨੂੰ ਤੇਰੇ ਕੋਲ ਕੱਲਿਆ ਹੈ ਯਹਵਾ ਯਹੂਦਾ ਨੂੰ ਪਵਿੱਤਰ ਭੂਮੀ ਉੱਤੇ ਆਪਣੇ ਮਿਲਖ ਦਾ ਹਿੱਸਾ ਠਾਰਾਵੇਗਾ ਯਰੂਸ਼ਲਮ ਨੂੰ ਫਿਰ ਫੇਰ ਚੁਣੇਗਾ ਹੇ ਸਾਰੇ ਬਸ਼ਰੂਸ਼ਵਾ ਦੇ ਅੱਗੇ ਚੁੱਪ ਹੋ ਜਾਓ ਕਿਉਂ ਜੋ ਆਪਣੇ ਪਵਿੱਤਰ ਸਥਾਨ ਤੋਂ ਜਾ ਗੁੱਠਿਆ ਹੈ ਆਮੇਨ ਆਮੇਨ ਹਾਲੇਲੂਇਆ ਹਾਲੇਲੂਇਆ ਓ ਮੇਰੇ ਪਿਤਾ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਕਰਦੇ ਮੇਰੇ ਪਿਤਾ ਪਰਮੇਸ਼ਰ ਜੀ ਅੱਜ ਦੇ ਵਚਨ ਲਈ ਅੱਜ ਦੇ ਪਰਫੈਕਟਿੰਗ ਵਚਨ ਲਈ ਮੇਰੇ ਪਿਤਾ ਪਰਮੇਸ਼ਰ ਜੀ ਜਿਹੜਾ ਸੁਣੇ ਇਸ ਵਚਨ ਨੂੰ ਪਰਮੇਸ਼ਰ ਜੀ ਉਹ ਨਿਰੋਗ ਹੋ ਜਾਏ ਪਰਮੇਸ਼ਰ ਦੀ ਹਰ ਇੱਕ ਇੱਛਾ ਪੂਰੀ ਹੋ ਜਾਏ ਮੇਰੇ ਪਿਤਾ ਪਰਮੇਸ਼ਰ ਜੀ ਬਿਮਾਰੀ ਤੋਂ ਛੁਟਕਾਰਾ ਦਿਨਾ ਮੇਰੇ ਪਿਤਾ ਪਰਮੇਸ਼ਰ ਜੀ ਕੋਈ ਵੀ ਪਰੇਸ਼ਾਨੀ ਪਰਮੇਸ਼ਰ ਜੀ ਆਰਥਿਕ ਤੰਗੀ ਨੂੰ ਦੂਰ ਕਰਨਾ ਮੇਰੇ ਪਿਤਾ ਪਰਮੇਸ਼ਰ ਜੀ ਤੁਸੀਂ ਸਾਨੂੰ ਬਲ ਬਖਸ਼ਿਆ ਪ੍ਰੇਰ ਕਰਨ ਤੁਸੀਂ ਸਾਨੂੰ ਬਲ ਬਖਸ਼ਿਆ ਪ੍ਰਾਰਥਨਾ ਕਰਨ ਦਾ ਮੇਰੇ ਪਿਤਾ ਪਰਮੇਸ਼ਰ ਜੀ ਪ੍ਰੇਅਰ ਕਰਨ ਦਾ ਮੇਰੇ ਪਿਤਾ ਪਰਮੇਸ਼ੇ ਮੇਰੇ ਸਵਰਗੀ ਪਿਤਾ ਪਰਮੇਸ਼ੇ हे ਧਰਤੀ ਤੇ ਆਕਾਸ਼ ਬਣਾਉਣ ਵਾਲੇ ਮੇਰੇ ਪਿਤਾ ਪਰਮੇਸ਼ਰ ਜਿਸ ਤਰ੍ਹਾਂ ਤੁਹਾਡੀ ਮਹਿਮਾ ਆਕਾਸ਼ ਵਿੱਚ ਹੁੰਦੀ ਸਵਰਗ ਵਿੱਚ ਹੁੰਦੀ ਉਸੇ ਤਰ੍ਹਾਂ ਧਰਤੀ ਤੇ ਵੀ ਹੋਵੇ ਮੇਰੇ ਪਿਤਾ ਪਰਮੇਸ਼ਰ ਜੀ ਜਿਸ ਤਰ੍ਹਾਂ ਸਵਰਗ 'ਚ ਤੁਹਾਡਾ ਰਾਜ ਹੈ ਧਰਤੀ ਤੇ ਵੀ ਤੁਹਾਡਾ ਹੀ ਰਾਜ ਹੋਵੇ ਮੇਰੇ ਪਿਤਾ ਪਰਮੇਸ਼ਰ ਜੀ ਸਾਡੀ ਰੋਜ਼ ਦੀ ਰੋਟੀ ਸਾਨੂੰ ਅੱਜ ਦਿਓ ਮੇਰੇ ਪਿਤਾ ਪਰਮੇਸ਼ਰ ਜੀ ਰੋਜ਼ ਦੀ ਰੋਟੀ ਸਾਨੂੰ ਅੱਜ ਦਿਓ ਮੇਰੇ ਪਿਤਾ ਪਰਮੇਸ਼ਰ ਜੀ ਸਾਡੇ ਕਰਜ਼ਾ ਸਾਡੇ ਕਰਜ਼ਿਆਂ ਨੂੰ ਮਾਫ਼ ਕਰੋ ਮੇਰੇ ਪਿਤਾ ਪਰਮੇਸ਼ਰ ਜੀ ਕਿਉਂਕਿ ਅਸੀਂ ਵੀ ਆਪਣੇ ਕਰਜ਼ਾਈਆਂ ਨੂੰ ਮਾਫ਼ ਕੀਤਾ ਮੇਰੇ ਪਿਤਾ ਪਰਮੇਸ਼ਰ ਜੀ ਸਾਨੂੰ ਪਰਖੋ ਨਾ ਪਰਮੇਸ਼ਰ ਜੀ ਸਾਨੂੰ ਬਚਾਓ ਸਾਡੋਂ ਇਮਤਿਹਾਨਾਂ ਤੋਂ ਬਚਾਓ ਮੇਰੇ ਪਿਤਾ ਪਰਮੇਸ਼ਰ ਜੀ ਮਹਿਮਾ ਤੇ ਵਡਿਆਈ ਤੇ ਜਲਾਲ ਸਾਰਾ ਤੁਹਾਡਾ ਹੀ ਹੈ ਮੇਰੇ ਪਿਤਾ ਪਰਮੇਸ਼ਰ ਜੀ ਆਪਣੇ ਬੱਚਿਆਂ ਨੂੰ ਬਚਾਓ ਮੇਰੇ ਪਰਮੇਸ਼ਰ ਜੀ ਆਪਣੇ ਬੱਚਾਂ ਤੇ ਸਿਰਾਂ ਤੇ ਹੱਥ ਰੱਖੋ ਮੇਰੇ ਪਿਤਾ ਪਰਮੇਸ਼ਰ ਜੀ ਬੱਚਿਆਂ ਦੇ ਰਾਹੀਂ ਆਪਣੇ ਪਿਤਾ ਦੀ ਮਹਿਮਾ ਹੋਵੇ ਮੇਰੇ ਪਿਤਾ ਪਰਮੇਸ਼ਰ ਜੀ ਆਪਣੀ ਮਹਿਮਾ ਲਈ ਮੇਰੇ ਪਿਤਾ ਪਰਮੇਸ਼ਰ ਜੀ ਸਾਨੂੰ ਚੁਣੋ ਮੇਰੇ ਪਿਤਾ ਪਰਮੇਸ਼ਰ ਜੀ ਸਾਰੇ ਜਿੰਨੇ ਬਿਮਾਰਾ ਪਰਮੇਸ਼ਰ ਜੀ ਉਹਨਾਂ ਤੇ ਆਪਣਾ ਆਤਮਾ ਉਡੈ ਲੋ ਮੇਰੇ ਪਿਤਾ ਪਰਮੇਸ਼ਰ ਜੀ ਉਹਨਾਂ ਨੂੰ ਚੰਗਾ ਕਰੋ ਮੇਰੇ ਪਿਤਾ ਪਰਮੇਸ਼ਰ ਜੀ ਤੁਹਾਡਾ ਲਹੂ ਛਿੜਕਦੀਆਂ ਮੈਂ ਪੂਰੇ ਇੰਡੀਆ ਤੇ ਵਰਲਡ ਚ ਕਿਤੇ ਵੀ ਜਿੱਥੇ ਵੀ ਕਰੋਨਾ ਪਰਮੇਸ਼ੀ ਉੱਥੇ ਸਾਰਿਆਂ ਤੇ ਮੈਂ ਤੁਹਾਡਾ ਲਹੂ ਛਿੜਕਦੀਆਂ ਸਾਰਿਆਂ ਨੂੰ ਤੁਹਾਡੇ ਲਹੂ ਚ ਕਵਰ ਕਰਦੀਆਂ ਮੇਰੇ ਪਿਤਾ ਪਰਮੇਸ਼ੀ ਸਾਰੇ ਚੰਗੇ ਹੋ ਜਾਣ ਪਰਮੇਸ਼ੀ ਜੀ ਤੁਹਾਡੇ ਯੇਸ਼ੂ ਨਾਸਰੀ ਦੇ ਨਾਂ ਦੇ ਵਿੱਚ ਮੰਗਦੀਆਂ ਆਮੀਨ 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 ਮੇਰੇ ਪਿਤਾ ਪਰਮੇਸ਼ੀ ਜੀ ਤੁਹਾਡਾ ਧੰਨਵਾਦ ਧੰਨਵਾਦ ਜੈ ਮਸੀਹ ਦੀ